ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਗੁਰਪ੍ਰੀਤ ਸਿੰਘ, ਕਦੋਂ ਹੋਇਆ ਹਾਦਸਾ? ਇਹ ਤਕਰੀਬਨ 6 ਵਜੇ ਹੋਇਆ ਸੀ। ਕਿੱਦਾਂ ਹਾਦਸਾ, ਕੀ ਹਾਦਸਾ ਹੋਇਆ? ਇਹ ਅਚਾਨਕ ਇੱਕਦਮ ਛੱਤ ਡਿੱਗ ਗਈ। ਹੈਲੋ ਨੰਬਰ ਮਾਤਾ ਜੀ, ਹਾਦਸਾ ਕਿਵੇਂ ਹੋਇਆ, ਕਿੰਨੇ ਵਜੇ ਹੋਇਆ ਹਾਦਸਾ? ਕਿੰਨੇ ਜਣੇ ਤੁਸੀਂ ਕਰਦੇ ਉੱਥੇ? ਕਰਦੇ ਤਿੰਨ ਤੇ ਮੇਰੀਆਂ ਪੋਤਰੀਆਂ ਨੇ, ਇੱਕ ਮੈਂ, ਚਾਰ ਤਾਂ ਅਸੀਂ ਇੱਕੇ ਮੰਜੇ 'ਤੇ ਸੀ, ਇੱਕ ਮੇਰਾ ਬੁੜਾ ਹੈ, ਇੱਕ ਮੇਰਾ ਪੋਤਾ ਹੈ। ਠੀਕ ਹੈ, ਕਿਵੇਂ ਹੋਇਆ, ਕੀ ਚੀਜ਼ ਡਿੱਗੀ ਤੁਹਾਡੇ? ਤਰੇੜ ਆਈ ਸੀ ਕੰਧ ਛੱਤ ਨੂੰ, ਛੱਤ ਡਿੱਗੀ। ਫਿਰ ਕਿਸੇ ਨੇ, ਕਿੰਨਾ ਨੇ ਆ ਕੇ ਤੁਹਾਨੂੰ ਕੱਢਿਆ, ਕਿਵੇਂ ਪਤਾ ਲੱਗਿਆ? ਲੋਕ ਕੱਢਿਆ ਸਾਨੂੰ, ਇਹਨਾਂ ਨੇ ਡੇਰੇ ਵਾਲਿਆਂ ਨੂੰ ਡੇਰੇ ਵਾਲਿਆਂ ਨੇ ਕੱਢਿਆ, ਨਹੀਂ ਤਾਂ ਜਾਂ ਕੱਢਦੇ ਅਸੀਂ ਵਿੱਚ ਗੁੰਮ ਹੋ ਜਾਂਦੇ। ਅਤੇ ਕਿੰਨੇ ਜਿਹੜੇ ਜ਼ਖਮੀ ਹੋਏ ਡੋਰ ਤੁਹਾਡੇ ਘਰ ਦੇ? ਜ਼ਖਮ ਸਾਡੇ ਸਾਰਿਆਂ ਦੇ ਹੋ ਰਹੇ ਡੇਰੇ ਵਿੱਚ। ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਸਰਕਾਰ ਤੋਂ ਕੀ ਮੰਗਦੇ? ਖਰਚਾ ਪਾਣੀ ਤਾਂ ਲਵਾਂਗੇ, ਔਰ ਸਾਰਾ ਜਿਹੜਾ ਲੱਗਿਆ। ਠੀਕ ਹੈ, ਤੁਸੀਂ ਕੀ ਮੰਗ ਕਰਦੇ ਸਰਕਾਰ ਤੋਂ ਜੀ, ਜਿਹੜਾ ਮਕਾਨ ਡਿੱਗੇ ਤੁਹਾਡਾ? ਉਸ ਮਕਾਨਾਂ ਦੇ ਪੈਸੇ। ਠੀਕ, ਗੁਰਪ੍ਰੀਤ ਸਿੰਘ ਜੀ, ਇਹ ਕਦੋਂ ਹੋਇਆ ਹਾਦਸਾ? ਇਹ ਤਕਰੀਬਨ 6 ਵਜੇ ਹੋਇਆ ਸੀਗਾ ਜੀ। ਕਿੱਦਾਂ ਹਾਦਸਾ ਹੋਇਆ, ਕੀ ਹਾਦਸਾ ਹੋਇਆ? ਇਹ ਅਚਾਨਕ ਇੱਕਦਮ ਛੱਤ ਡਿੱਗੀ ਜੀ। 6 ਵਜੇ ਰੌਲਾ ਰੂਲਾ ਪੈਂਦੇ, ਸਾਡਾ ਘਰ ਸਾਹਮਣੇ ਇਹਨਾਂ ਦੇ ਰੌਲਾ ਰੂਲਾ ਪੈਂਦੇ ਆ, ਫਿਰ ਕਾਫੀ ਇਕੱਠੇ ਹੋ ਗਏ, ਜਦੋਂ ਦੇਖਿਆ ਜੀ ਸਾਰੇ ਜੀ ਇਹਨਾਂ ਦੇ ਥੱਲੇ ਦਬੇ ਹੋਏ ਸੀਗੇ। ਕਿੰਨੇ ਜੀ ਸੀ ਟੋਟਲ ਘਰ ਦੇ? 6 ਮੈਂਬਰ ਸੀਗੇ ਜੀ ਇੱਕ ਕਮਰੇ ਦੇ ਵਿੱਚ, ਜਿਹਨਾਂ ਦੀ ਛੱਤ ਡਿੱਗੀ। ਅਤੇ ਕਿਸੇ ਕੋਈ ਮੌਤ ਵਗੈਰਾ ਵੀ ਨਹੀਂ? ਹਾਂ ਜੀ, 2 ਐਕਸਪਾਇਰ, 2 ਬੱਚੇ। ਅਤੇ ਹੋਰ ਜਿਹੜੇ ਜ਼ਖਮੀ ਨੇ ਕਿੱਥੇ ਨੇ? ਉਹ ਇਸ ਮਿੰਟ ਜੀ ਹੋਸਪਿਟਲ 'ਚ ਨਹੀਂ, ਸਰਕਾਰੀ ਹੋਸਪਿਟਲ 'ਚ। ਕਿੰਨੇ ਕੁ ਜ਼ਖਮੀ ਨੇ? ਉਹ ਕਾਫੀ ਜ਼ਖਮੀ ਨੇ, ਲੱਤਾਂ ਬਾਹਾਂ ਜੀ ਸਿਰ ਸਿਰ 'ਚ ਕਾਫੀ। ਹਾਦਸਾ ਕਿੰਨੇ ਕੁ ਵਜੇ ਹੋਇਆ? ਕੁਛ ਤਕਰੀਬਨ 6 ਵਜੇ ਲਾ ਲਓ ਜੀ। 7 ਵਜੇ ਇਹ ਹਾਦਸਾ, ਕੀ ਹਾਦਸਾ ਹੋਇਆ ਇੱਥੇ? ਇਹ ਹਾਦਸਾ ਜੋ ਸੱਟ ਹੈ, ਇਹ ਡਰ ਸੀ, ਇਹ ਮਕਾਨ ਦੀ ਸਵੇਰ ਲਗਭਗ 6 ਵਜੇ ਡਿੱਗ ਚੁੱਕੀ ਹੈ। ਅਸੀਂ ਦੂਜੇ ਗੁਆਂਢੀ ਸੀ, ਆਵਾਜ਼ਾਂ ਸੁਣੀ ਜਦੋਂ, ਅਤੇ ਸਾਰੇ ਗੁਆਂਢੀ ਇਕੱਠੇ ਹੋ ਗਏ, ਅਤੇ ਪਤਾ ਲੱਗਿਆ ਕਿ ਮਤਲਬ ਪਰਮਜੀਤ ਆਪਣੇ ਇੱਥੇ ਕਮੇਟੀ ਦੇ ਵਿੱਚ ਲੱਗਿਆ ਹੋਇਆ, ਅਤੇ ਐਮ ਸੀ ਸਾਹਿਬ ਇੱਧਰ ਆਪਣੇ ਕਲਾ ਜੀ ਸਾਰੇ ਇਕੱਠੇ ਹੋਏ, ਅਤੇ ਉਹਨਾਂ ਨੇ ਕੱਢੇ ਚੱਲੋ। ਕਿੰਨੇ ਟੋਟਲ ਮੈਂਬਰ ਸੀ ਕਰਦੇ ਜੀ? 6 ਸੀ। ਅਤੇ ਕੋਈ ਮੌਤ ਵੀ ਹੋਈ ਹੈ? 2 ਬੱਚਿਆਂ ਦੀ, ਗੁੜੀਆ ਇੱਕ ਲੜਕਾ। ਅਤੇ ਹੁਣ ਦੂਜੇ ਜਿਹੜੇ ਬਾਕੀ ਨੂੰ ਕਿੱਥੇ ਨੇ? ਬਾਕੀ ਪਹਿਲਾਂ ਸਰਕਾਰੀ ਹੋਸਪਿਟਲ ਲੈ ਗਏ, ਉਹ ਤੋਂ ਬਾਅਦ ਟੋਹਾਣੇ ਸ਼ਹਿਰ ਟੋਹਾਣੇ ਨੇ, ਅਤੇ ਉਸ ਤੋਂ ਬਾਅਦ ਦੇਖੋ ਬਾਕੀ ਪਤਾ ਹੁਣ ਚੱਲੇਗਾ ਵੀ ਬਾਕੀ ਉਹਦੀ ਹਾਲਤ ਕੈਸੀ ਹੈ, ਠੀਕ ਹੈ ਜਾਂ ਮਤਲਬ ਕੋਈ ਸੱਟ ਜਾ ਰਿਹਾ। ਹਾਂਜੀ ਹਾਂਜੀ, ਆ ਤੜਕੇ ਅੱਜ 5:30 ਵਜੇ ਹਾਦਸਾ ਵਾਪਰਿਆ। ਅਤੇ ਬਾਕੀ ਰਿੰਕੂ ਰਾਮ ਮੁੰਡਾ ਹੈ, ਕੋਈ 12-13 ਸਾਲ ਦੀ ਉਮਰ ਹੈ, ਉਹ ਉਹਦੀ ਡੈਥ ਹੋ ਗਈ। ਇੱਕ ਲੜਕੀ ਹੈ, ਲੜਕੀ ਦੀ 10-11 ਦੇ ਕਰੀਬ ਉਮਰ ਹੈ ਉਹਦੀ। ਅਤੇ ਬਾਕੀ ਜਿਹੜੇ ਕੱਢਣ ਵਾਲਾ ਸੀਗਾ ਰਾਂਝਾ ਰਾਮ, ਉਹਦੀ ਲੱਤ ਟੁੱਟ ਗਈ। ਬਾਕੀ ਪਰਮਜੀਤ ਹੈ ਮੁੰਡਾ, ਉਹਦੇ ਵੀ ਸੱਟਾਂ ਲੱਗੀਆਂ ਥੋੜੀਆਂ ਬਾਹੀਆਂ। ਬਾਕੀ 4 ਜ਼ਖਮੀ ਹੋਰ ਹੈ। ਇਹ ਕੀ ਕੰਮ ਕਰਦੇ ਸੀਗੇ ਪਰਿਵਾਰ ਜੀ? ਭਰਾ ਦਿਹਾੜੀ ਕਰਦੇ, ਦਿਹਾੜੀ ਦਾ ਸਾਰਾ ਮਤਲਬ ਜਿਵੇਂ ਦਿਹਾੜੀ ਕਰਕੇ ਮਜ਼ਦੂਰੀ, ਦਿਹਾੜੀ ਲਾ ਲਓ ਮਜ਼ਦੂਰੀ, ਸਾਰੇ ਮਜ਼ਦੂਰ ਪਰਿਵਾਰ ਹੈ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਇਹਨਾਂ ਦੀ ਕੋਈ ਨਾ ਕੋਈ ਜਿਵੇਂ ਵੀ ਕੋਈ ਮਤ, ਕੋਈ ਰੋਟੀ ਦਾ ਟੁਕੜਾ ਦਾ ਇੱਲਾ, ਕੋਈ ਇਕੱਲਾ ਮੁੰਡਾ ਸੀਗਾ ਇਹ ਮੰਗ, ਪਿੱਛੇ ਤਾਂ ਕਿਉਂ ਪਿੱਛੇ ਹੈ ਨਹੀਂ ਕੋਈ ਮਤਲਬ ਇਸ ਤਰ੍ਹਾਂ ਦਾ ਕੋਈ ਸਹਾਰਾ ਲਾਉਣ ਵਾਲਾ। ਠੀਕ ਸਰ, ਜਿਹੜੇ ਤੁਹਾਡੇ ਲਈ ਪੇਸ਼ੈਂਟ ਆਏ ਸਰ, ਕਿੰਨੇ ਪੇਸ਼ੈਂਟ ਆਏ ਨੇ? ਇਸ ਵੇਲੇ ਓਬਜ਼ਰਵੇਸ਼ਨ 'ਚ 3 ਪੇਸ਼ੈਂਟ ਨੇ ਜੀ, ਅਤੇ 2 ਬਜ਼ੁਰਗ ਨੇ ਅਤੇ 1 ਬੱਚੀ ਹੈ ਲੜਕੀ 8 ਸਾਲ ਦੀ, ਅਤੇ 2 ਡੈਡ ਬੋਡੀ ਆਈ ਸੀ ਮੇਰੇ ਕੋਲ, ਮਤਲਬ 1 ਡੈਡ ਬੋਡੀ ਆਈ ਸੀਗੀ ਬਰੋਡ ਡੈਡ ਬੱਚੇ ਦੀ, ਮੇਲ ਚਾਈਲਡ ਸੀਗਾ ਉਹਦਾ, ਕੁਲਦੀਪ ਨਾਂ ਹੈ ਬੱਚੇ ਦਾ, ਰਿੰਕੂ, ਅਤੇ 1 ਫੀਮੇਲ ਬੱਚੀ ਸੀਗੀ 13 ਸਾਲ ਦੀ, 12-13 ਸਾਲ ਦੀ ਮੇਰੇ ਕੋਲ ਸਵੇਰੇ 6:30 ਵਜੇ ਆਈ ਸੀਗੀ, ਅਤੇ ਕਾਫੀ ਜ਼ਿਆਦਾ ਇੰਜਰਡ ਸੀਗੀ, ਉਹਨੂੰ ਰੈਫਰ ਕੀਤਾ ਸੀਗਾ, ਸਾਡੇ SMO ਸਾਹਿਬ ਨਾਲ ਹੀ ਗਏ ਸੀਗੇ, ਬਟ ਇਨ ਟ੍ਰਾਂਜ਼ਿਟ ਉਹਦੀ ਡੈਥ ਹੋ ਗਈ ਸੀਗੀ ਬੱਚੀ ਦੀ। ਅਤੇ ਹੁਣ ਦੋਨੋਂ ਡੈਡ ਬੋਡੀ ਜਿਹੜੀਆਂ ਨੇ ਡੈਡ ਹਾਊਸ ਮੋੜ ਪਈਆਂ ਨੇ,
ਅਤੇ ਜਿਹੜੇ ਇੰਜਰਡ ਨੇ ਉਹ ਮਾਈਨਰ ਇੰਜਰੀਜ ਨੇ ਉਹਨਾਂ ਨੂੰ ਅਸੀਂ ਅੰਡਰ ਓਬਜ਼ਰਵੇਸ਼ਨ ਰੱਖਿਆ ਹੋਇਆ ਹੋਸਪਿਟਲ ਦੇ ਅੰਦਰ ਹੀ। ਅਤੇ ਸਰ ਜਿਹੜੇ ਦੋ ਬੱਚੇ ਦੋ ਡੈਡ ਕਿਹੜੇ ਕਿਹੜੇ ਬੱਚੇ ਦੋ ਬੱਚੇ ਹੋਏ ਨੇ? ਹਾਂਜੀ ਦੋ ਬੱਚੇ ਹੋਏ ਆ, ਇੱਕ ਮੇਲ ਬੱਚਾ ਹੈ ਇੱਕ ਫੀਮੇਲ। ਕਿੰਨੇ ਕੁ ਵਜੇ ਆਏ ਸੀ ਸਰ ਤੁਹਾਡੇ ਲਵੇ? ਇਹ ਆਏ ਸੀ 6:30 ਸਵੇਰੇ। ਸਾਡੇ ਕੋਲ ਪਹਿਲਾਂ ਇੱਕ ਲੜਕੀ ਆਈ ਸੀਗੀ, ਉਸ ਤੋਂ ਬਾਅਦ ਸਾਡੇ ਕੋਲ ਪੁਲਿਸ ਪਾਰਟੀ ਆ ਗਈ ਸੀ, ਇਨਫੋਰਮੇਸ਼ਨ ਆ ਗਈ ਸੀ ਪੂਰੀ ਕਿ ਇਸ ਤਰ੍ਹਾਂ ਕੋਈ ਮਿਸਹੈਪਨਿੰਗ ਹੋਈ ਹੈ। ਇੰਨੇ ਅਸੀਂ ਉਹਨੂੰ ਜਿਹੜੀ ਲੜਕੀ ਸੀ ਕਾਫੀ ਸੀਰੀਅਸ ਸੀ, ਕ੍ਰਿਟੀਕਲ ਸੀ, ਉਹਨੂੰ ਰੈਫਰ ਮਤਲਬ ਜਿਹੜੀ ਫਸਟ ਏਡ ਦਿੱਤੀ ਸੀਗੀ ਸਿਰ 'ਤੇ, ਕਾਫੀ ਜ਼ਿਆਦਾ ਇੰਜਰੀ ਸੀਗੀ। ਉਹਨਾਂ ਨੂੰ ਬੱਚੇ ਨੂੰ ਅਸੀਂ ਭੇਜਤਾ ਸੀਗਾ ਐਂਬੂਲੈਂਸ ਦੇ ਅੰਦਰ, ਬਟ ਰਸਤੇ 'ਚ ਹੀ ਡੈਥ ਹੋ ਗਈ ਸੀਗੀ। ਸਰ ਕਿੱਥੇ ਰੈਫਰ ਕੀਤਾ ਤੁਹਾਨੂੰ? ਰੈਫਰ ਤਾਂ ਟੋਹਾਣਾ ਹੀ ਲੈ ਕੇ ਗਏ ਸੀ ਕਿਉਂਕਿ ਬਹੁਤ ਜ਼ਿਆਦਾ ਇੰਜਰੀ ਸੀਗੀ, ਜ਼ਿਆਦਾ ਤਾਂ ਟਾਈਮ ਹੈ ਨਹੀਂ ਸੀ ਇੰਨਾ, ਕਾਫੀ ਸੀਰੀਅਸ ਸੀਗੇ ਇਸ ਕਰਕੇ ਸੰਗਰੂਰ ਵਗੈਰਾ ਤਾਂ ਇੰਨਾ ਨਹੀਂ ਹੈਗਾ ਸੀਗਾ। ਅਤੇ ਸਾਡੇ ਐਸ ਐਮ ਸਰ ਨਾਲ ਹੀ ਸੀਗੇ, ਵੈਸੇ ਆਪ ਖੁਦ ਗਏ ਨੇ ਨਾਲ ਬੈਠ ਕੇ, ਬਟ ਬੱਚੇ ਦੀ ਜਦੋਂ ਵਾਪਸ ਫਿਰ ਲੈ ਆਏ ਕਿਉਂਕਿ ਰਸਤੇ 'ਚ ਡੈਥ ਹੋ ਗਈ ਸੀ, ਹੁਣ ਡੈਡ ਹਾਊਸ 'ਚ ਹੀ ਆ ਲੜਕੀ। ਅਤੇ ਇੱਕ ਮੇਲ ਬੱਚਾ ਆਇਆ ਉਹ ਬਰੋਡ ਡੈਡੀ ਸੀਗਾ, ਪਰ ਉਹਨੂੰ ਡੈਡ ਹਾਊਸ 'ਚ। ਜਿਹੜਾ ਐਕਸੀਡੈਂਟ ਹੋਇਆ ਤਾਂ ਕਿਵੇਂ ਹੋਇਆ, ਕੋਈ ਜਾਣਕਾਰੀ ਹੈ? ਇਹਨੂੰ ਮੋਲਕ ਵਾਰਡ ਨੰਬਰ 4 ਦੇ ਵਿੱਚ ਜੋ ਮਕਾਨ ਦੀਆਂ ਛੱਤਾਂ ਡਿੱਗਣ ਨਾਲ ਉਸਦੇ ਸੁੱਤੇ ਹੋਏ ਪਰਿਵਾਰ ਦੇ ਜਿਹੜੇ 5-6 ਜੀ ਸੀ ਉਹ ਛੱਤਾਂ ਥੱਲੇ ਦਊਗੇ, ਜਿਨ੍ਹਾਂ ਵਿੱਚ ਮੁਨਸ਼ੀ ਸਿੰਘ ਪਰਿਵਾਰ ਦਾ ਮੁਖੀ ਅਤੇ ਉਹਨਾਂ ਦੀ ਪਤਨੀ ਸ਼ੀਲਾ ਦੇਵੀ ਇਹ ਜ਼ਖਮੀ ਹੋਏ ਨੇ। ਦੋ ਬੱਚੇ, ਇੱਕ ਬੱਚਾ ਰਿੰਕੂ, ਇੱਕ ਜਿਹੜੀ ਹੈ ਲੜਕੀ ਹੈ ਛੋਟੀ ਖੁਸ਼ੀ, 10-12 ਸਾਲ ਦੇ ਨੇ, ਉਹਨਾਂ ਦੀ ਡੈਥ ਹੋ ਗਈ। ਇੱਕ ਲੜਕੀ ਜਿਹੜੀ ਹੈ ਸਰਨਪ੍ਰੀਤ ਹੈ ਉਹ ਜ਼ਖਮੀ ਹੈ ਹਸਪਤਾਲ ਦੇ ਵਿੱਚ। ਅਤੇ ਇੱਕ ਮੁਨਸ਼ੀ ਰਾਮ ਜੀ ਦਾ ਜਿਹੜਾ ਭਰਾ ਹੈ ਰਾਂਝਾ ਰਾਮ ਉਹ ਵੀ ਜ਼ਖਮੀ ਹੋਇਆ, ਉਹ ਢੋਣਾ ਹਸਪਤਾਲ ਦਾਖਲਾ। ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਪਤਾ ਲੱਗਿਆ, ਪੁਲਿਸ ਨੇ ਤੁਰੰਤ ਮੌਕਾ 'ਤੇ ਪਹੁੰਚ ਕੇ ਲੋਕਾਂ ਨੂੰ ਜਲਦੀ ਉੱਥੋਂ ਮਲਬੇ 'ਚੋਂ ਕਢਵਾਇਆ ਅਤੇ ਸਿਵਲ ਹਸਪਤਾਲ ਫਸਟ ਏਡ ਲਈ ਭਿਜਵਾਇਆ। ਤਾਂ ਉੱਥੋਂ ਡਾਕਟਰ ਸਾਹਿਬ ਨੇ ਜਲਦੀ ਇਹਨਾਂ ਨੂੰ ਜਿਹੜਾ ਹੈ ਮਰਹਮ ਪੱਟੀ ਕੀਤੀ, ਜੋ ਲੋੜੀਂਦੀ ਡਾਕਟਰੀ ਸਹਾਇਤਾ ਦਿੱਤੀ, ਔਰ ਢੋਹਾਣਾ ਵੀ ਰੈਫਰ ਕੀਤਾ ਇੱਕ ਮਰੀਜ਼ ਨੂੰ ਮੌਕਾ 'ਤੇ। ਲੋਕਾਂ ਨੇ ਵੀ ਇਹਦੇ ਵਿੱਚ ਜਿਹੜੀ ਹੈ ਇਸ ਪਰਿਵਾਰ ਦੀ ਕਾਫੀ ਮਦਦ ਕੀਤੀ। ਜਲਦੀ ਲੋਕਾਂ ਨੂੰ ਜਿਵੇਂ ਹੀ ਪਤਾ ਲੱਗਿਆ ਉਹ ਵੀ ਜਿਹੜਾ ਹੈ ਮੁਹੱਲੇ ਵਾਲੇ ਉੱਠ ਕੇ ਆਏ ਅਤੇ ਉਹਨਾਂ ਨੇ ਮਲਵਾ ਪਾਸੇ ਹਟਾ ਕੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਇਹ ਜਿਹੜਾ ਪਤਾ ਲੱਗਿਆ ਕਿ ਜਿਹੜਾ ਮੌਕੇ 'ਤੇ ਜਾਣ 'ਤੇ ਕਿ ਛੱਤਾਂ ਘਰ ਕਾਫੀ ਪੁਰਾਣਾ ਹੈ ਅਤੇ ਬਰਸਾਤ ਵਗੈਰਾ ਦੇ ਨਾਲ ਛੱਤਾਂ ਦੇ ਵਿੱਚ ਪੁਰਾਣੀਆਂ ਹੋਣ ਕਰਕੇ ਕਮਜ਼ੋਰ ਹੋਣ ਕਾਰਨ ਜਿਹੜਾ ਗਾਰਡਨ ਜਗਾਲ ਕਾਰਨ ਡਿੱਗੇ ਨੇ। ਇਸ ਕਰਕੇ ਜਿਹੜਾ ਸੱਤ ਡਿੱਗੀ ਹੈ ਉਹਦੇ ਪਰਿਵਾਰ ਸਾਰਾ ਜਿਹੜਾ ਉਹ ਛੱਤਾ ਹੋਇਆ ਸੀਗਾ, ਜਿਸ ਕਰਕੇ ਇਹ ਨੁਕਸਾਨ ਜਿਹੜਾ ਹੋਇਆ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ 81 400 6 77009।